ਸਸ਼ੀਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸਾਥਿਓ ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਆ ਕਿ ਪਿਛਲੇ ਕੁਝ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਲਗਭਗ 42 ਕੈਂਡੀਡੇਟ ਜਿਹੜੇ ਐਸਸੀ ਸਮਾਜ ਨਾਲ ਸੰਬੰਧਤ ਨੇ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਨੇ ਉਹਨਾਂ ਨੇ ਜਿਹੜੀ ਜੱਜ ਦੀ ਜਿਹੜੀ ਪ੍ਰੀਖਿਆ ਪਾਸ ਕੀਤੀ ਔਰ ਬਹੁਤ ਹੀ ਰਿਸਪੈਕਟਡ ਅਹੁਦੇ ਤੇ ਉਹ ਵਿਰਾਜਮਾਨ ਹੋਣ ਜਾ ਰਹੇ ਆ ਹਣਾ ਜੱਜ ਲੱਗਣ ਜਾ ਰਿਹਾ ਸੋ ਅਸੀਂ ਉਹਨਾਂ ਸਾਰੇ ਕੈਂਡੀਡੇਟਸ ਨੂੰ ਵਧਾਈ ਦਿੰਨੇ ਆ ਬਹੁਤ ਹੀ ਮਾਣ ਵਾਲੀ ਗੱਲ ਆ ਬਹੁਤ ਹੀ ਖੁਸ਼ੀ ਦੀ ਗੱਲ ਆ ਪਰ ਇੱਥੇ ਮੈਂ ਪਰਸਨਲੀ ਮਤਲਬ ਮੈਂ ਆਪਣੇ ਆਪਣੇ ਤੌਰ ਤੇ ਕਹਿ ਰਿਹਾ ਕਿ ਇੱਥੇ ਇੱਕ ਬਹੁਤ ਜਿਹੜੀ ਮੰਦਭਾਗੀ ਮੈਨੂੰ ਗੱਲ ਵੀ ਲੱਗੀ ਇੱਕ ਬਹੁਤ ਖੁਸ਼ੀ ਦੇ ਨਾਲ ਨਾਲ ਇੱਕ ਦੁੱਖ ਦੇਣ ਵਾਲੀ ਗੱਲ ਵੀ ਮੈਨੂੰ ਜਿਹੜੀ ਸਾਹਮਣੇ ਆਈ ਉਹ ਗੱਲ ਇਹ ਆ ਕਿ ਇਹਨਾਂ 42 ਕੈਂਡੀਡੇਟ ਕੈਂਡੀਡੇਟ ਦੇ ਵਿੱਚੋਂ ਇੱਕ ਦੋਵਾਂ ਨੂੰ ਛੱਡ ਕੇ ਬਾਕੀ ਦੇ ਜਿਹੜੇ ਹੋਰ ਇੱਕ ਦੋਵਾਂ ਨੂੰ ਛੱਡ ਕੇ ਬਾਕੀ ਜਿਹੜੇ ਹੋਰ ਵੀ ਜਿਹੜੇ ਜੱਜ ਲੱਗੇ ਆ ਉਹਨਾਂ ਦੇ ਮੂੰਹ 'ਚ ਮੈਂ ਬਾਬਾ ਸਾਹਿਬ ਦਾ ਜਿਹੜਾ ਸ਼ੁਕਰਾਨਾ ਕੋਈ ਉਹਨਾਂ ਦੀ ਪੋਸਟ ਮੈਂ ਦੇਖੀ ਨਹੀਂ ਵੀ ਕਾਨੂੰਨੀ ਪੜ੍ਹਾਈ ਮਤਲਬ ਉਹ ਪੜ੍ਹ ਰਹੇ ਆ ਆਪਾਂ ਸਾਰੇ ਜਾਣਦੇ ਆ ਕਿ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਆਜ਼ਾਦ ਭਾਰਤ ਦੇ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਆਪਾਂ ਸਾਰੇ ਜਾਣਦੇ ਆ ਇਸ ਚੀਜ਼ ਨੂੰ ਹਨਾ ਪਰ ਤੁਸੀਂ ਦੇਖੋ ਵੀ ਕਿੰਨੀ ਮਤਲਬ ਹਰਾਨੀ ਦੀ ਗੱਲ ਆ ਨਾ ਵੀ ਇੱਕ ਕੋਟ ਆ ਜਿਹੜਾ ਆਪਾਂ ਨੂੰ ਮਿਲਦਾ ਉਹ ਬਾਬਾ ਸਾਹਿਬ ਦੀ ਬਦੌਲਤ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉਹ ਕੋਟ ਆ ਜਿਹੜਾ ਮਿਲਿਆ ਹਨਾ ਉਹਦਾ ਵਿਰੋਧ ਵੀ ਹੁੰਦਾ ਹਨਾ ਔਰ ਇਹਦੇ ਨਾਲ ਨਾਲ ਦੇਖੋ ਵੀ ਕਿੰਨੀ ਮਾੜੀ ਗੱਲ ਆ ਹਨਾ ਵੀ ਕੋਈ ਕਹਿੰਦਾ ਵੀ ਵੀ ਫਲਾਨੇ ਬਾਬੇ ਦੀ ਕਿਰਪਾ ਹੋ ਗਈ ਚਲੋ ਆਪਾਂ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕਰ ਰਹੇ ਇਸ ਵੀਡੀਓ ਦੇ ਵਿੱਚ ਹਨਾ ਵੀ ਧੰਨਵਾਦ ਕਰੋ ਚਲੋ ਤੁਸੀਂ ਆਪਦੇ ਜਿਹੜੇ ਵੀ ਹਨਾ ਧਰਮ ਨੂੰ ਫੋਲੋ ਕਰਦੇ ਆ ਉਹਦਾ ਧੰਨਵਾਦ ਕਰੋ ਤੁਸੀਂ ਜਿਹੜੇ ਵੀ ਰੱਬ ਨੂੰ ਮੰਨਦੇ ਆ ਪਰ ਉਸ ਬੰਦੇ ਨੂੰ ਕਿਵੇਂ ਭੁੱਲ ਗਏ ਤੁਸੀਂ ਜਿਹੜਾ ਮੇਨ ਹੱਕਦਾਰ ਹੈ ਨਾ ਔਰ ਪਿੱਛੇ ਜੇ ਜਦੋਂ ਡਾਕਟਰ ਪੰਪੋਸ਼ ਦਾ ਮਾਮਲਾ ਹੋਇਆ ਸੀ ਇੱਕ ਡਾਕਟਰ ਪੰਪੋਸ਼ ਕੁੜੀ ਸੀ ਉਹਨੇ ਆਤਮ ਹੱਤਿਆ ਕਰ ਲਈ ਸੀ ਮੈਂ ਉਦੋਂ ਵੀ ਇਹ ਬੋਲਿਆ ਸੀ ਵੀ ਜਿਹੜੇ ਬੱਚੇ ਆ ਨਾ ਇਹ ਮਤਲਬ ਹਾਇਰ ਸਟੱਡੀ ਕਰਦੇ ਆ ਇਹਨਾਂ ਦੇ ਜਿਹੜੇ ਪੇਰੈਂਟਸ ਆ ਇਹਨਾਂ ਨੂੰ ਬਾਬਾ ਸਾਹਿਬ ਤੋਂ ਦੂਰ ਰੱਖਦੇ ਆ ਵੀ ਵੀ ਕਿਤੇ ਸਾਡੇ ਬੱਚਿਆਂ ਦੇ ਉੱਪਰ ਇਸ ਚੀਜ਼ ਦਾ ਪ੍ਰਭਾਵ ਨਾ ਪੈ ਜਾਵੇ ਹਨਾ ਵੀ ਕਿਤੇ ਉਹ ਬਾਬਾ ਸਾਹਿਬ ਦੀ ਫਲਸਫੀ ਤੇ ਨਾ ਚੱਲਣ ਲੱਗ ਪੈਣ ਤੇ ਵੀ ਜਦੋਂ ਫਲਸਫੀ ਤੇ ਚੱਲਣਗੇ ਤਾਂ ਜਿਹੜਾ ਮਤਲਬ ਹੋਰ ਲੋਕ ਆ ਨਾ ਉਹਨਾਂ ਦਾ ਵਿਰੋਧ ਕਰਨਗੇ ਹਨਾ ਮਤਲਬ ਇਸ ਤਰੀਕੇ ਦੇ ਨਾਲ ਵੀ ਇਹ ਲੋਕ ਹਨਾ ਜਿਹੜੇ ਇਹਨਾਂ ਦੇ ਪੇਰੈਂਟਸ ਆ ਸਾਰੇ ਤਾਂ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਵੀ ਇੱਕ ਦੋਆਂ ਨੂੰ ਛੱਡ ਕੇ ਮੈਨੂੰ ਮੇਰੇ ਸਾਹਮਣੇ ਕੋਈ ਇਸ ਤਰ੍ਹਾਂ ਦਾ ਉਹਨਾਂ ਦਾ ਕੋਈ ਸ਼ੁਕਰਾਨਾ ਕੋਈ ਧੰਨਵਾਦ ਨਹੀਂ ਆਇਆ ਸੋ ਮੈਂ ਉਹੀ ਕਹਿਣਾ ਚਾਹੁੰਦਾ ਵੀ ਇਹ ਜਿਹੜੇ ਹਾਇਰ ਸਟੱਡੀ ਕਰਦੇ ਆ ਨਾ ਜਿਹੜੇ ਬੱਚੇ ਸਾਡੇ ਵਰਗੇ ਜਿਹੜੇ ਹੈਗੇ ਆ ਕੋਈ ਮਜ਼ਦੂਰੀ ਕਰਦੇ ਆ ਜਾਂ ਜਿਹੜੇ ਵਿਚਾਰੇ ਲੋਕ-ਕਲਾਸ ਲੋਕ ਆ ਹਨਾ ਨਿਨਾਂ ਨੂੰ ਕਹਿੰਦੇ ਆ ਲੋਅਰ ਮਿਡਲ ਕਲਾਸ ਹਨ ਉਹ ਬੰਦੇ ਕਿਤੇ ਨਾ ਕਿਤੇ ਜਿਹੜੇ ਲੋਕ ਉਹ ਬਾਬਾ ਸਾਹਿਬ ਨਾਲ ਜੁੜੇ ਆ ਕੁਝ ਕੁ ਪਰਸੈਂਟ ਜਿਹੜੇ ਉਹ ਉਸ ਤਰ੍ਹਾਂ ਦੇ ਵੀ ਆ ਜਿਵੇਂ ਪ੍ਰੋਫੈਸਰ ਹਨਾ ਜਾਂ ਕੋਈ ਹੋਰ ਵੱਡੇ ਅਹੁਦਿਆਂ ਦੇ ਕੁਝ ਕੁ ਮਤਲਬ 100 ਦੇ ਵਿੱਚੋਂ 2-4 ਬੰਦੇ ਜੁੜੇ ਆ ਨਹੀਂ ਬਾਕੀ ਸਾਰੇ ਆਪ ਦੇ ਬੱਚਿਆਂ ਨੂੰ ਮੈਨੂੰ ਲੱਗਦਾ ਇਹੀ ਸਿੱਖਿਆ ਦਿੰਦੇ ਆ ਵੀ ਤੁਸੀਂ ਬਾਬਾ ਸਾਹਿਬ ਦਾ ਨਾਂ ਨਹੀਂ ਲੈਣਾ ਵੀ ਤੁਹਾਡਾ ਵਿਰੋਧ ਹੋਣ ਲੱਗ ਪੂਗਾ ਕਿਉਂਕਿ ਜੇ ਉਹਨਾਂ ਬੰਦਿਆਂ ਨੂੰ ਅਸਲ ਦੇ ਵਿੱਚ ਇਸ ਚੀਜ਼ ਦਾ ਪਤਾ ਹੁੰਦਾ ਕਿ ਬਾਬਾ ਸਾਹਿਬ ਦੀ ਬਦੌਲਤ ਅਸੀਂ ਇਹ ਸਾਰਾ ਕੁਝ ਹਨਾ ਕੀਤਾ ਜਾ ਉਹਨਾਂ ਦੀ ਬਦੌਲਤ ਸਾਨੂੰ ਇਹ ਸਭ ਕੁਝ ਮਿਲਿਆ ਤਾਂ ਉਹਨਾਂ ਨੇ ਸ਼ੁਕਰਾਨਾ ਪਹਿਲ ਦੇ ਆਧਾਰ ਤੇ ਬਾਬਾ ਸਾਹਿਬ ਦਾ ਕਰਨਾ ਸੀ ਹਨਾ ਇਹ ਕਿੱਡੇ ਤੁਸੀਂ ਦੇਖੋ ਵੀ ਦੇਖੋ ਹੁਣ ਮੈਨੂੰ ਇਹ ਸ਼ਬਦ ਕਹਿੰਦੇ ਨੂੰ ਵੀ ਮਤਲਬ ਬੜਾ ਤਕਲੀਫ ਹੋ ਰਹੀ ਹੈ ਵੀ ਕਿੱਡੇ ਇਹ ਹਨਾ ਕਿਸ ਤਰ੍ਹਾਂ ਦੇ ਬੰਦੇ ਯਾਰ ਵੀ ਮੈਂ ਸ਼ਬਦ ਚਲੋ ਨਹੀਂ ਵਰਤਣਾ ਚਾਹੁੰਦਾ ਕਿਸ ਤਰ੍ਹਾਂ ਦੇ ਇਨਸਾਨ ਆ ਯਾਰ ਵੀ ਉਸ ਮਹਾਪੁਰਸ਼ ਨੂੰ ਭੁੱਲ ਗਏ ਯਾਰ ਜੀ ਦੀ ਬਦੌਲਤ ਉੱਚੀਆਂ-ਉੱਚੀਆਂ ਕੁਰਸੀਆਂ ਤੇ ਬੈਠੇ ਇਹ ਇਹ 42 ਜੱਜਾਂ ਦੀ ਗੱਲ ਨਹੀਂ ਕਰਦਾ ਮੈਂ ਜਿਹੜੇ 42 ਬੱਚੇ ਲੱਗਿਆ ਹੋਰ ਵੀ ਮਤਲਬ ਇਸ ਤਰ੍ਹਾਂ ਦੇ ਬਹੁਤ ਜਿਹੜੇ ਲੋਕ ਆ ਜਿਹੜੇ ਉੱਚਾ ਚੌਧਿਆਂ ਦੇ ਉਹ ਬਾਬਾ ਸਾਹਿਬ ਨੂੰ ਨਹੀਂ ਮਤਲਬ ਨਾਮ ਲੈਣਾ ਨਹੀਂ ਪਸੰਦ ਕਰਦੇਗੇ ਠੀਕ ਆ ਆਪਦੇ ਗੁਰੂਆਂ ਪੀਰਾਂ ਨੂੰ ਵੀ ਧਿਆਓ ਪਰ ਤੁਸੀਂ ਇੱਕ ਵਾਰੀ ਸੋਚ ਕੇ ਦੇਖੋ ਵੀ ਹਾਲਾਤ ਸਾਡੇ ਸਮਾਜ ਦੇ ਇਸ ਤਰ੍ਹਾਂ ਦੇ ਸੀ ਵੀ ਪੜ੍ਹਾਈ ਕਰਨ ਦੀ ਤਾਂ ਦੂਰ ਦੀ ਗੱਲ ਆ ਕੱਪੜੇ ਤੱਕ ਪਾਉਣ ਦਾ ਵੀ ਅਧਿਕਾਰ ਨਹੀਂ ਸੀ ਅੱਜ ਤੁਸੀਂ ਪੜ੍ਹਾਈ ਦੀ ਬਦੌਲਤ ਇੱਥੋਂ ਤੱਕ ਪਹੁੰਚੇ ਆ ਨਾ ਔਰ ਪੜ੍ਹਾਈ ਤਾਂ ਬਹੁਤ ਵੱਡੀ ਗੱਲ ਆ ਹਨਾ ਪੜ੍ਹਨਾ ਲਿਖਣਾ ਗਿਆਨवान ਬੰਨਾ ਹਨ ਇਹ ਤਾਂ ਬਹੁਤ ਵੱਡੀਆਂ ਗੱਲਾਂ ਕੱਪੜੇ ਤੱਕ ਵੀ ਆਪਾਂ ਨੂੰ ਜਿਹੜੇ ਬੋਨ ਦਾ ਅਧਿਕਾਰ ਨਹੀਂ ਸੀ ਕੱਪੜੇ ਵੀ ਆਪਾਂ ਆਪਣੀ ਮਰਜ਼ੀ ਦੇ ਜਿਹੜੇ ਉਹ ਪਾ ਨਹੀਂ ਸਕਦੇ ਸੀ ਇਸ ਕਰਕੇ ਮੈਂ ਇਹੀ ਕਹਣਾ ਵੀ ਜਦੋਂ ਤੁਸੀਂ ਇਸ ਤਰ੍ਹਾਂ ਦੇ ਕਿਸੇ ਉਦਯਾਂ ਤੇ ਜਿਹੜਾ ਆਪਣਾ ਅ ਜਿਹੜਾ ਐਸਸੀ ਕੋਟਾ ਰਿਜ਼ਰਵੇਸ਼ਨ ਦਾ ਸਹਾਰਾ ਲੈ ਕੇ ਹਨ ਤੁਸੀਂ ਅੱਗੇ ਆਉਣਿਓ ਤਾਂ ਫਿਰ ਤੁਸੀਂ ਉਸ ਚੀਜ਼ ਨੂੰ ਉਸ ਉਸ ਇਨਸਾਨ ਦਾ ਵੀ ਉਸ ਮਹਾਪੁਰਸ਼ ਦਾ ਵੀ ਧੰਨਵਾਦ ਕਰਿਆ ਕਰੋ ਹਨਾ ਵੀ ਮੈਂ ਨਹੀਂ ਮੈਨੂੰ ਬਹੁਤ ਦੁੱਖ ਹੋਇਆ ਵੀ ਇੱਕ ਤਾਂ ਉਹਨਾਂ ਦੀ ਲਾਈਨ ਵੀ ਐ ਅਸੀਂ ਆ ਮਤਲਬ ਹੈ ਨਾ ਕਾਨੂੰਨੀ ਪੜ੍ਹਾਈ ਉਹ ਪੜ੍ਹ ਕੇ ਆਇਆ ਜੱਜ ਬਣਨ ਜਾ ਰਿਹਾ ਹੈ ਨਾ ਔਰ ਦੂਜੀ ਗੱਲ ਬਾਬਾ ਸਾਹਿਬ ਹਨ ਜਿਹੜੇ ਪਹਿਲੇ ਕਾਨੂੰਨ ਮੰਤਰੀ ਰਹੇ ਆ ਹਨ ਆਪਾਂ ਨੂੰ ਪਤਾ ਸਾਰਿਆਂ ਨੂੰ ਹਨ ਉਹ ਚੰਗੇ ਵਕੀਲ ਵੀ ਸੀ ਮਤਲਬ ਬਹੁਤ ਸਾਰੀ ਉਹਨਾਂ ਕੋਲ ਹੈ ਨਾ ਉਹਨਾਂ ਕੋਲ ਦਾ ਚਲੋ ਕਾਫੀ ਸਟੱਡੀ ਸੀ ਉਹਨਾਂ ਦੀ ਕੀਤੀ ਪਰ ਉਹ ਮਹਾਪੁਰਸ਼ ਨੂੰ ਭੁੱਲ ਕਿਵੇਂ ਗਏ ਇਹ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਉਹਦਾ ਧੰਨਵਾਦ ਕਿਸੇ ਨੇ ਵੀ ਨਹੀਂ ਕੀਤਾਗਾ ਕਿੰਨੀ ਮਾੜੀ ਗੱਲ ਹੈ ਨਾ ਔਰ ਜਿਹੜੇ ਸਾਡੇ ਸਮਾਜ ਦੇ ਲੋਕ ਮਤਲਬ ਪੋਸਟਾਂ ਸ਼ੇਅਰ ਕਰੀ ਜਾਂਦੇ ਆ ਵੀ ਬਹੁਤ ਮਾਣ ਵਾਲੀ ਗੱਲ ਹਨਾ ਵੀ ਉਹਨਾਂ ਨੇ ਇਸ ਚੀਜ਼ ਦਾ ਮਾਣ ਹਾਂ ਮਤਲਬ ਮੰਨਿਆ ਕਿ ਨਹੀਂ ਵੀ ਉਹਨਾਂ ਨੇ ਇਸ ਚੀਜ਼ ਦਾ ਆਪਦੇ ਆਪ ਦੇ ਜਿਹੜਾ ਮਤਲਬ ਇਸ ਚੀਜ਼ ਨੂੰ ਫੀਲ ਕੀਤਾ ਕਿ ਨਹੀਂ ਵੀ ਅਸੀਂ ਸਮਾਜ ਦੇ ਵਿੱਚ ਜਿਹੜੇ ਚ ਆਏ ਆ ਅਸੀਂ ਉਸ ਸਮਾਜ ਦੇ ਵਿੱਚ ਉੱਚੇ ਅਹੁਦੇ ਤੇ ਪਹੁੰਚਿਆ ਹਨਾ ਇਹ ਗੱਲ ਵੱਡੀ ਆ ਆਪਾਂ ਤਾਂ ਚਲੋ ਮਾਣ ਕਰੀ ਜਾਂਦੇ ਆ ਹਨਾ ਵੀ ਅੱਗੇ ਜਾ ਕੇ ਉਹ ਸਮਾਜ ਲਈ ਕੋਈ ਕੰਮ ਕਰਦੇ ਆ ਜਾਂ ਨਹੀਂ ਜਿਵੇਂ ਹੁਣ ਆਪਣੇ ਐਮ.ਐਲ.ਏ ਵੀ ਤੁਸੀਂ ਦੇਖਿਆ ਹੀ ਉਹ ਵੀ ਕੋਟੇ ਕਰਕੇ ਬਣਿਆ ਪਰ ਅੱਜ ਤੱਕ ਕਿੰਨਾ ਧੱਕਾ ਹੁੰਦਾ ਆਉਂਦਾ ਕਿੰਨੀਆਂ 10 ਵੀ ਵੀਡੀਓ ਲਾਉਂਦਾ ਹਨ ਗਰੀਬਾਂ ਨਾਲ ਧੱਕੇ ਹੁੰਦੇ ਨੇ ਪਰ ਤੁਸੀਂ ਕਦੇ ਦੱਸੋ ਮੈਨੂੰ ਵੀ ਕਿਸੇ ਐਮਐਲਏ ਐਮਪੀ ਦਾ ਬਿਆਨ ਆਇਆ ਹੋਵੇ ਉਸੇ ਤਰ੍ਹਾਂ ਹੀ ਵੀ ਆਪਾਂ ਇਹਨਾਂ ਨੂੰ ਸ਼ੇਅਰ ਕਰੀ ਜਾਂਦੇ ਆ ਵੀ ਜੱਜ ਲੱਗੇ ਇਹਦਾ ਪ੍ਰਭਾਵ ਮੈਨੂੰ ਉਲਟਾ ਜਾ ਦੇ ਮੈਨੂੰ ਲੱਗਦਾ ਪਾਊਗਾ ਹਨਾ ਵੀ ਲੋਕ ਕਹਣਗੇ ਵੀ ਲੈ ਕੋਟੇ ਚੋਂ ਲੱਗੇ ਪਰ ਇਹਨਾਂ ਲੋਕਾਂ ਨੇ ਨਹੀਂ ਮੈਨੂੰ ਲੱਗਦਾ ਨਹੀਂਗਾ ਜਿਵੇਂ ਮੈਂ ਉਹ ਪਹਿਲਾਂ ਗੱਲ ਕੀਤੀ ਸੀ ਡਾਕਟਰ ਪੰਪੋਸ਼ ਵਾਲੇ ਕੇਸ 'ਚ ਮੈਨੂੰ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਸੀ ਵੀ ਤੁਸੀਂ ਸਹੀ ਨਹੀਂ ਬੋਲੇ ਪਰ ਚਲੋ ਆਪਦੇ ਆਪ ਦੇ ਵਿਚਾਰ ਹੁੰਦੇ ਆ ਹਨਾ ਤੇ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਹਨ ਜਿਵੇਂ ਮੰਨ ਲਓ ਮੈਂ ਆਪਦੇ ਬੱਚਿਆਂ ਨੂੰ ਸਟੱਡੀ ਕਰਵਾਉਂਗਾ ਹਾਇਰ ਸਟੱਡੀ ਤਾਂ ਮੈਂ ਕਰਵਾਉਂਗਾ ਹੀ ਪਰ ਮੈਂ ਉਹਨਾਂ ਨੂੰ ਨਾਲ-ਨਾਲ ਬਾਬਾ ਸਾਹਿਬ ਬਾਰੇ ਵੀ ਦੱਸੂਗਾ ਸੋ ਇਸ ਘਟਨਾ ਨਾਲ ਮੈਨੂੰ ਪਰਸਨਲੀ ਬਹੁਤ ਫੀਲ ਹੋਇਆ ਤੇ ਮੈਂ ਚਾਹਦਾ ਨਹੀਂ ਸੀ ਮੈਂ ਇਹ ਵੀਡੀਓ ਬਣਾਵਾ ਹਨ ਮੈਨੂੰ ਇਹ ਸੀ ਕਿ ਚਲੋ ਹੋ ਸਕਦਾ 1-2 ਦਿਨ ਵੇਟ ਕਰਦੇ ਆ ਕਿ ਸ਼ਾਇਦ ਕੋਈ ਇਸ ਤਰ੍ਹਾਂ ਦੀ ਚੀਜ਼ ਸਾਹਮਣੇ ਆ ਜਾਏ ਕਿ ਜਿਹਦੇ ਵਿੱਚ ਬਾਬਾ ਸਾਹਿਬ ਦਾ ਨਾਮ ਲੈਣ ਪਰ ਮੈਨੂੰ ਬੜਾ ਦੁੱਖ ਹੋਇਆ ਹਨ ਵੀ ਕਿਸੇ ਵੀ ਮੈਂ ਦੇਖਿਆ ਇੱਕ ਦੋ ਇੰਟਰਵਿਊ ਬਾਬਾ ਸਾਹਿਬ ਦਾ ਨਾਂ ਨਹੀਂ ਲਿਆ ਆਪਦੇ ਬਾਬਿਆਂ ਦੇ ਕਹੀ ਜਾਂਦੇ ਆ ਵੀ ਸਾਨੂੰ ਬਾਬੇ ਦੀ ਕਿਰਪਾ ਹੋ ਗਈ ਫਲਾਨੇ ਦੀ ਕਿਰਪਾ ਹੋ ਗਈ ਨਾ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਜਿਹੜਾ ਮੇਰਾ ਵੀਡੀਓ ਬਣਾਉਣ ਦਾ ਮਕਸਦ ਆ ਤਾਂ ਕਿ ਉਹ ਪੂਰਾ ਹੋ ਸਕੇ ਬਹੁਤ ਬਹੁਤ ਧੰਨਵਾਦ ਜੈ ਭੀਮ ਜੀ